सब्सक्राइब करो दिव्या पंजाब टीवी अते बैल आइकन प्रेस। जिला कपूरथला दे पिंड पंडाल बेट दे विच उस समय सनसनी फैल गई जदों नरेगा अधीन काम कर रहे वर्करां नूं इक जिंदा बंब मिलिया। जी हां, पुलिस थाणा टिलवां अधीन पिंड पंडाल बेट दे सरकारी सीनियर सैकेंडरी स्कूल दी चार दीवारी दे नाल लगदे गंदे नाले दी अज जदों मनरेगा वर्करां दे वल्लों सफाई कीती जा रही सी तां वर्करां ने शक जताया कि गंदे खाल दे विच कोई बंब नुमा वस्तु है। ਉਹਨਾਂ ਵੱਲੋਂ ਇਸ ਦੀ ਤੁਰੰਤ ਸੂਚਨਾ ਪੰਡਾਲ ਬੇਟ ਦੇ ਸਰਪੰਚ ਸਰਪਣ ਸਿੰਘ ਢਿੱਲੋਂ ਨੂੰ ਦਿੱਤੀ ਗਈ ਜਿਨ੍ਹਾਂ ਨੇ ਇਸ ਦੀ ਤੁਰੰਤ ਸੂਚਨਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਿਸ ਦੀ ਸੂਚਨਾ ਮਿਲਦੇ ਹੀ SPD ਕਪੂਰਥਲਾ ਸਤਨਾਮ ਸਿੰਘ DSP ਪਲੱਥ DS ਸੰਧੂ ਤਹਿਸੀਲਦਾਰ ਕਪੂਰਥਲਾ ਮਨਦੀਪ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਤੁਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਅਤੇ ਆਸ ਪਾਸ ਦੇ ਘਰਾਂ ਨੂੰ ਖਾਲੀ ਕਰਵਾ ਦਿੱਤਾ। ਮੌਕੇ ਤੇ 71 ਪਿੰਡ ਵਾਸੀਆਂ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਇਸ ਬੰਬ ਨਾਲ ਕਦੇ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਇਸ ਬੰਬ ਨੇੜਲੇ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੀ ਲਪੇਟ ਵਿੱਚ ਲੈ ਜਾ ਸਕਦਾ ਸੀ। ਨਰੇਗਾ ਕਰਮਚਾਰੀ ਨਾਲੇ ਦੀ ਸਫਾਈ ਕਰ ਰਹੇ ਸੀਗੇ ਜੀ, ਇਹਨਾਂ ਨੂੰ ਕੋਈ ਬੰਬ ਜਿਹੀ ਚੀਜ਼ ਇਹਨਾਂ ਨੂੰ ਨਾਲੇ ਦੇ ਵਿੱਚੋਂ ਮਿਲੀ। ਉਸ ਟਾਈਮ ਪੂਰਾ ਕਨਫਰਮ ਨਹੀਂ ਸੀਗਾ ਕਿ ਬੰਬ ਹੋ ਸਕਦਾ ਹੈ। ਇਹਨਾਂ ਨੇ ਫਿਰ ਮੈਨੂੰ ਬੁਲਾਇਆ ਵੀ ਆ ਕੇ ਦੇਖੋ ਵੀ ਕੀ ਚੀਜ਼ ਹੋ ਸਕਦੀ ਹੈ ਇਹ। ਉਹਨੂੰ ਫਿਰ ਜਦੋਂ ਨਾਲੇ 'ਚੋਂ ਬਾਹਰ ਕੱਢਿਆ ਉਹਨੂੰ ਵੇਖਿਆ ਗਿਆ ਵੀ ਇਹ ਕੀ ਚੀਜ਼ ਆ, 81 ਮੋਟਰ ਦਾ ਮਿਸਫਾਇਰ ਹੋਇਆ ਹੋਇਆ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਮੈਂ ਸਰਪੰਚ ਭਾਅ ਜੀ ਨੂੰ ਫੋਨ ਕੀਤਾ ਕਿ ਭਾਅ ਜੀ ਕਹਿੰਦਾ ਇੱਕ ਤਾਂ ਜਿਹੜੇ ਵਰਕਰ ਕੰਮ ਕਰ ਰਹੇ ਇਹਨਾਂ ਨੂੰ ਸਾਈਡ 'ਤੇ ਕਰ ਦਿਓ ਤਾਂ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਉਸ ਤੋਂ ਬਾਅਦ ਕੰਟਰੋਲ ਰੂਮ ਨੂੰ ਇਨਫੋਰਮ ਕੀਤਾ, ਪੁਲਿਸ ਥਾਣੇ 'ਚ ਇਨਫੋਰਮ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਪਹੁੰਚ ਚੁੱਕੇ ਸੀ ਉੱਥੇ। ਹਰਭਜਨ ਸਿੰਘ। ਹਾਂਜੀ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਜੀ ਸਰਦਾਰ ਸਰਵਨ ਸਿੰਘ। ਕਿਹੜੇ ਪਿੰਡ ਤੋਂ ਸਰਪੰਚ ਤੁਸੀਂ? ਪੰਡਾਲ ਬੇਟ ਤੋਂ ਜੀ। ਤੁਹਾਡੇ ਪਿੰਡ ਅੱਜ ਬੰਬ ਪ੍ਰਾਪਤ ਹੋਇਆ ਵਾ, ਉਹਦੇ ਬਾਰੇ ਸਾਨੂੰ ਦੱਸੋ ਕੁਛ। ਉਹ ਜੀ ਮਰੇਗਾ ਲੱਗੀ ਸੀ ਸਫਾਈ, ਪਿੰਡ ਦਾ ਕੰਮ ਚੱਲਣ ਡਿਆ ਸਫਾਈ ਦਾ, ਉਹਦੇ ਵਿੱਚੋਂ ਨਿਕਲਿਆ ਜੀ ਬੰਬ ਦੀ। ਫਿਰ ਸੂਚਨਾ ਤੁਸੀਂ ਕਿੱਥੇ ਦਿੱਤੀ? ਅਸੀਂ ਜੀ ਪੁਲਿਸ ਨੂੰ ਦਿੱਤੀ ਫਿਰ ਕੰਟਰੋਲ ਰੂਮ 'ਤੇ। ਅਤੇ ਪੁਲਿਸ ਕਿੰਨੇ ਚਿਰ ਬਾਅਦ ਪਹੁੰਚ ਕੇ ਜਾਂਦੀ ਫਿਰ ਤੁਹਾਡੇ ਪਿੰਡ? ਬਸ 20 ਕੁ ਮਿੰਟਾਂ ਬਾਅਦ ਜੀ SPD ਸਾਹਿਬ ਆ ਗਏ। ਠੀਕ ਹੈ ਜੀ। ਫਿਰ ਉਹਨਾਂ ਨੇ ਆਣ ਕੇ ਹੋਰ ਇੱਧਰ ਉੱਧਰ ਕੀਤੇ ਫੋਨ ਜੀ, ਡਿਪਟੀ ਸਾਹਿਬ ਵੀ ਆ ਗਏ ਭਲਾਥ ਵਾਲੇ। ਅਤੇ ਸਕੂਲ ਦੇ ਵਿੱਚ ਛੁੱਟੀ ਕਰਾ ਦਿੱਤੀ ਜਾਂਦੀ ਆ, ਬਹੁਤ ਵਧੀਆ ਗੱਲ ਆ। ਅਤੇ ਇਹ ਮਤਲਬ ਤੁਹਾਡੇ ਕਹਿਣ 'ਤੇ ਛੁੱਟੀ ਕਰਾਈ ਗਈ ਕਿ ਪੁਲਿਸ ਦੇ ਕਹਿਣ 'ਤੇ ਕਰਾਈ ਗਈ ਆ ਜੀ? ਨਹੀਂ ਜੀ, ਪੁਲਿਸ ਨੇ ਕਿਹਾ ਫਿਰ SPD ਸਾਹਿਬ ਨੇ ਛੁੱਟੀ ਕਰਾ ਦੇਣੀ ਚਾਹੀਦੀ ਆ ਵੀ ਇਹ ਬੰਬ ਦਾ ਪਤਾ ਨਹੀਂ ਬੱਚਿਆਂ ਦਾ ਨੁਕਸਾਨ ਨਾ ਹੋ ਜਾਵੇ ਕਿਤੇ। ਅਤੇ ਫਿਰ ਛੁੱਟੀ ਕਰਾ, ਪ੍ਰਿੰਸੀਪਲ ਸਾਹਿਬ ਨੂੰ ਕਿਹਾ, ਉਹਨਾਂ ਫਿਰ ਛੁੱਟੀ ਕਰਾ ਤੀ। ਹਾਂਜੀ ਭਾਅ ਜੀ ਸਾਹਿਬ, ਨਾਂ ਕੀ ਤੁਹਾਡਾ? ਗੁਰਦੇਵ ਸਿੰਘ ਜੀ। ਅੱਜ ਕੀ ਕਰ ਰਹੇ ਹੋ? ਭਾਅ ਜੀ ਨਾਲਾ ਸਾਫ਼ ਕਰ ਰਹੇ ਹਾਂ ਜੀ। ਅੱਛਾ ਜੀ। ਨਾਲਾ ਸਾਫ਼ ਕਰਦਿਆਂ ਜੀ ਸਕੂਲ ਦੇ ਸਰਕਾਰੀ ਦੇ ਲਾਗੂ ਸਾਨੂੰ ਇੱਕ ਬੰਬ ਮਿਲਿਆ ਅਤੇ ਉਹਦੇ ਬਾਰੇ ਉਹ ਹੀ ਕੱਢਿਆ ਬਾਹਰ ਅਤੇ ਪੁਲਿਸ ਨੂੰ ਰਿਪੋਰਟ ਕੀਤੀ ਗਈ। ਹੁਣ ਪੁਲਿਸ ਜਿਹੜੀ ਆ ਇੱਥੇ ਆਣ ਕੇ ਬੈਠੀ ਆ, ਉਹਦੇ ਬਾਰੇ ਉਹ ਜੋ ਪੰਚਾਇਤ ਆ ਜੋ ਪੁਲਿਸ ਆ ਉਹਦੇ ਬਾਰੇ ਜੋ ਸੋਚੂਗੀ ਸੋਚੂਗੀ, ਉਹ ਬਾਹਰ ਪਿਆ ਵਾ। ਮੌਕੇ 'ਤੇ ਪਹੁੰਚੇ ਸਾਬਕਾ ਫੌਜ ਕਰਮਚਾਰੀ ਅਤੇ ਮੈਂਬਰ ਪੰਚਾਇਤ ਨੇ ਇਸ ਬੰਬ ਨੂੰ ਜਿੰਦਾ ਦੱਸਿਆ ਹੈ। ਇਸ ਮੌਕੇ 'ਤੇ ਭਾਰਤੀ ਫੌਜ ਦੇ ਕੁਛ ਆਲਾ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਜਿਨ੍ਹਾਂ ਵੱਲੋਂ ਬੰਬ ਦਾ ਮੁਆਇਨਾ ਕਰਨ ਤੋਂ ਬਾਅਦ ਬੰਬ ਦੁਆਲੇ ਪੁਲਿਸ ਦਾ ਸਖ਼ਤ ਪਹਿਰਾ ਲਗਾ ਦਿੱਤਾ ਗਿਆ ਹੈ। ਮੌਕੇ 'ਤੇ ਪਹੁੰਚੇ ਸਾਡੇ ਸਹਿਯੋਗੀ ਪੱਤਰਕਾਰ ਕਸ਼ਮੀਰ ਸਿੰਘ ਪੰਡਾਲ ਨੂੰ ਫੌਜ ਦੇ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਕਿ ਇਹ ਬੰਬ ਜੋ ਚੱਲਣਯੋਗ ਹੈ ਕਿਸੇ ਸਮੇਂ ਵੀ ਅਣਹੋਣੀ ਦਾ ਕਾਰਨ ਬਣ ਸਕਦਾ ਹੈ। ਇਸ ਦੇ ਆਲੇ ਦੁਆਲੇ ਰੇਤੇ ਦੇ ਬੋਰੇ ਲਗਾ ਦਿੱਤੇ ਗਏ ਨੇ। ਇਸ ਨੂੰ ਕੱਲ੍ਹ ਦਰਿਆ ਬਿਆਸ ਦੇ ਕਿਨਾਰੇ ਖਾਲੀ ਜਗ੍ਹਾ 'ਤੇ ਨਕਾਰਾ ਕੀਤਾ ਜਾਵੇਗਾ। ਪਿੰਡ ਦੇ ਲਈ ਚਿੰਤਾ ਦਾ ਵਿਸ਼ਾ ਬਣੇ ਇਸ ਬੰਬ ਤੋਂ ਪਹਿਲਾਂ ਵੀ 3-4 ਬੰਬ ਪਿੰਡ ਦੇ ਵਿੱਚੋਂ ਮਿਲ ਚੁੱਕੇ ਨੇ। ਸਮੂਹ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਬੰਬ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਕਿ ਇਹ ਕਿਵੇਂ ਅਤੇ ਕਿਉਂ ਵਾਰ ਵਾਰ ਪਿੰਡ ਵਿੱਚੋਂ ਬਰਾਮਦ ਹੋ ਰਹੇ ਨੇ। ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ, ਦਿਵਿਆ ਪੰਜਾਬ TV।